ਵੀ ਨੀਂਦ ਨਹੀਂ ਹੁੰਦੀ ਹੁੰਦੀ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਇਹਨੂੰ ਦਵਾਈ ਖਵਾਓ ਕਿਹੜੀ ਜਗ੍ਹਾ ਤੋਂ ਦਵਾਈ ਖਵਾਓ ਨਾਨਕ ਦੇ ਹਸਪਤਾਲੋਂ ਖਵਾਉਂਦੇ ਰਹੇ ਫਿਰ ਵੀ ਇਹਨੂੰ ਆਪਣੇ ਰੁਮਾਲ ਤੇ ਥੁੱਕਦਾ ਵਾ ਉਹਨੂੰ ਪਤਾ ਮੈਂ ਥੁੱਕਦਾ ਉਹਨੂੰ ਪਤਾ ਹੀ ਪਰ ਅੱਜ ਕਿਉਂ ਨੀ ਥੁੱਕਦੀ ਕਿਉਂਕਿ ਉਹਨੂੰ ਨਹੀਂ ਪਤਾ ਇਹਨੇ ਚੀਜ਼ ਦਾ ਉਹਨੇ ਬੋਲਿਆ ਕਿ ਮੈਨੂੰ ਪਾਗਲ ਬੋਲਿਆ ਉਹਨੂੰ ਇਸ ਗੱਲ ਦੀ ਨੌਲੇਜ ਨਹੀਂ ਆ ਕਿਉਂਕਿ ਦੁਸ਼ਟ ਆਤਮਾ ਹੀ ਜਿਹੜੀ ਇਹਨੂੰ ਅੰਦਰੋਂ ਨੇ ਮੈਂਟਲ ਅਪਸੈਟ ਕੀਤਾ ਸੀ ਅੱਜ ਕਿੰਨੇ ਲੋਕਾਂ ਨੇ ਇਹਨੂੰ ਦੇਖਿਆ ਜਦੋਂ ਇਹਨੂੰ ਮਾਲ ਦੇ ਉੱਪਰ ਚੁੱਕ ਦਿੰਦੀ ਕਿੰਨੇ ਗਵਾਹ ਨੇ ਇਸ ਚਰਚ ਦੇ ਵਿੱਚ ਜਿਹਨਾਂ ਲੋਕਾਂ ਨੇ ਦੇਖਿਆ ਸੀ ਇਹਨੂੰ ਕਿੰਨੀ ਦੇਰ ਤੋਂ ਏਦਾਂ ਕਰ ਰਹੀ ਸੀ 4-5 ਸਾਲ ਤੋਂ ਥੁੱਕਦੀ ਆਪੇ ਹੱਸਦੀ ਆਪੇ ਗੱਲਾਂ ਕਰਦੀ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਬੇਟੀ ਨੂੰ ਇਸ ਗੱਲ ਦੀ ਪਤਾ ਨਹੀਂ ਆ ਬਾਕੀ ਵੇਖੋ ਅਸ਼ੁੱਧ ਆਤਮਾ ਜਿਹੜੀ ਦੁਸ਼ਟ ਆਤਮਾ ਗੰਦੀ ਹਰਕਤ ਕਰਾਉਂਦੀ ਸੀ ਥੁੱਕਦੀ ਪਰ ਅੱਜ ਉਹਦੀ ਬੋਡੀ ਚੋਂ ਜਾ ਚੁੱਕੀ ਇਸ ਲਈ ਮੈਨੂੰ ਅਗਲੀ ਸਾਈਡ ਤੇ ਬੁਲਾਇਆ ਪ੍ਰਭੂ ਦਾ ਆਤਮਾ ਮੈਨੂੰ ਕਹਿ ਰਿਹਾ ਕਿ ਉਹਨੂੰ ਅਗਲੀ ਸਾਈਡ ਤੇ ਲੈ ਕੇ ਅੱਜ ਦੀ ਡਿਸਟੇ ਵੀ ਨਹੀਂ ਕਰਾ ਕਿਉਂਕਿ ਦੇਖੋ ਪ੍ਰਭੂ ਜਿਹਨੂੰ ਵਾਰ ਦਿੰਦਾ ਪਿਛਲੀ ਸਾਈਡ ਤੇ ਇੱਕ ਸਿਸਟਰ ਹੋਰ ਸੀ ਉਹ ਬ੍ਰਦਰ ਸੁੱਖੇ ਦੀ ਬੇਟੀ ਪ੍ਰਭੂ ਜੀ ਕਹਿ ਰਹੇ ਕਿ 12-2 ਜੋ ਦੁਸ਼ਟ ਉਹਦੇ ਨਾਲ ਗਲਤ ਹਰਕਤ ਕਰਦਾ ਉਹਨੂੰ ਅਗਲੀ ਸਾਈਡ ਤੇ ਬੁਲਾ ਫਰੈਂਡ ਦੇ ਤੈਨੂੰ ਅਗਲੀ ਸਾਈਡ ਤੇ ਲੈ ਗਿਓ ਕਿਉਂਕਿ ਵੇਖੋ ਜਦੋਂ ਤੁਹਾਡੇ ਨਾਲ ਪ੍ਰਭੂ ਦਾ ਆਤਮਾ ਹੈਗਾ ਤੁਹਾਨੂੂੰ ਇੱਕ ਇੱਕ ਬਾਰੇ ਦੱਸੇਗਾ ਉਹਨੂੰ ਕੀ ਪ੍ਰੋਬਲਮ ਉਹਨੂੰ ਨਹੀਂ ਪਤਾ ਮੈਨੂੰ ਕੀ ਪ੍ਰੋਬਲਮ ਆ 4 ਸਾਲ ਤੋਂ ਲਗਾਤਾਰ ਹੋਰ ਕਿੱਥੇ ਕਿੱਥੇ ਖੜਿਆ ਇਹਨੂੰ ਬਿਲਕੁਲ ਬੇਟੀ ਕੀ ਹੋ ਚੁੱਕੀ ਆ ਮੈਂ ਪੜਵਾ ਕਿਉਂ ਹੀ ਕੱਲ ਤੈਨੂੰ ਪਤਾ ਲੱਗਣਾ ਚਾਹੀਦਾ ਕਿ ਪ੍ਰਭੂ ਉਹ ਕਰ ਸਕਦਾ ਜੋ ਇਹ ਕਦੀ ਸੋਚ ਨਹੀਂ ਸਕਦੇ ਆਪਣੇ ਆਪ ਗੱਲਾਂ ਵੀ ਕਰਦੀ ਕਿੰਨੇ ਲੋਕ ਸੁਣਦੇ ਨੇ ਇਹਨੂੰ ਕੀ ਕਹਿ ਸਕਦੇ ਆਪਾਂ ਕਲੀਸਿਆ ਕੀ ਆ ਇਹ ਪ੍ਰੋਬਲਮ ਕੀ ਆ ਇਹਨੂੰ ਕੀ ਕਵਾਂਗੇ ਸਾਰੇ ਬੋਲੋ ਕੀ ਆ ਇਹ ਸਾਰੇ ਬੋਲੋ ਕਿਉਂਕਿ ਜੋ ਬੇਟੀ ਨੇ ਬੋਲਿਆ ਉਹ ਨਹੀਂ ਜਾਣਦੀ ਉਹਨੇ ਆਪਣੇ ਉਹਨੂੰ ਹੁਣ ਹੋਸ਼ ਆਈ ਹੈ ਨਾ ਉਹਨੇ ਆਪਣੇ ਆਪ ਚ ਫੀਲ ਕੀਤਾ ਕਿ ਮੈਂ ਇਹ ਵਾਂ ਤੁਸੀਂ ਜਾ ਸਕਦੇ ਅਗਲੀ ਸਾਈਡ ਤੇ ਲੈ ਕੇ ਜਲਦੀ ਜਲਦੀ ਪਰਚੀਆਂ ਲਿਓ ਜਲਦੀ ਲਿਓ ਜਲਦੀ ਜਲਦੀ ਕਰੋ ਇਸ ਵਕਤ ਮੇਰੇ ਕੋਲ 2:05 5 ਮਿੰਟ ਹੋ ਚੁੱਕੇ ਉਹਦੇ 'ਚ ਮੈਂ ਪ੍ਰੇਚ ਕਰਾਂਗਾ ਜਲਦੀ ਸਭ ਆਪਣੇ ਹੱਥਾਂ ਨੂੰ ਹਿਲਾਓ ਥੋੜਾ ਮਿਊਜ਼ਿਕ ਪਿੱਛੇ ਰੱਖੋ ਲਗਾਤਾਰ ਵਚਨਾਂ ਨੂੰ ਵਿਸ਼ਵਾਸ ਦੇ ਨਾਲ ਪੜ੍ਹਦੇ ਰਹੇ ਔਰ ਪ੍ਰਭੂ ਕੋਲੋਂ ਗਿਆਨ ਭਾਸ਼ਾ ਮੰਗਦੇ ਰਹੇ ਔਰ ਪ੍ਰਭੂ ਜੀ ਨੇ ਜੋ ਇਹਨਾਂ ਨੇ ਜੋ 14-14 ਦੇ ਨਾਲ ਮੰਗਿਆ ਪ੍ਰਭੂ ਨੇ ਇਹਨਾਂ ਨੂੰ ਦੇ ਦਿੱਤਾ ਗਿਆਨ ਭਾਸ਼ਾ ਦਾ ਮਸਾ ਇਸ ਨੂੰ ਮਿਲ ਚੁੱਕਾ ਇਸ ਮਹਾਨ ਕਿਰਪਾ ਵਾਸਤੇ ਪ੍ਰਭੂ ਦਾ ਔਰ ਪ੍ਰਭੂ ਦੇ ਦਾਸਾਂ ਦਾ ਦਿਲ ਤੋਂ ਧੰਨਵਾਦ ਕਰਦੇ ਸਭ ਭੈਣ ਭਾਈ ਜੋਰਦਾਰ ਤਾਰੀਫ ਕਰਾਂਗੇ ਪ੍ਰਭੂ ਦੀ ਮਹਾਨ ਕਿਰਪਾ ਵਾਸਤੇ ਆਮੀਨ ਤਾਰੀਫ ਕਰੋ ਦਿਲ ਤੋਂ ਸਭ ਜੋਰ ਦੀ ਠੀਕ ਹੈ ਨੈਕਸਟ ਗਾਈ ਅਗਲੀ ਸਾਈਡ ਲੈ ਕੇ ਦੋ ਜਣੇ ਲੈ ਕੇ ਆ ਕਰੋ ਹਰ ਵਾਰ ਜ਼ਮਾਨਤ ਰੱਦ ਹੋ ਜਾਂਦੀ ਸੀ
और जब इन्हां ने प्रभु की दासा कोलों प्रार्थना कराई और पांच दिन दे विच विच ही इन्हां दा पति जेल विचों बरी हो गया। इस गवाही लई प्रभु दा धन्नवाद करदे हां। आमीन। तारीफ करो सब, जोर दी तारीफ करो प्रभु दे महान कम्मां वास्ते। आमीन। नेक्स्ट गवाही जल्दी अपने हाथां नहीं हिलाओ, अपनी जगह ते अपने आप आउंदे जाया करो। अपोस्टल नाम संदीप है, शहर अमृतसर। इन्हां दी गवाही है कि एक हफ्ते तो इन्हां दी लत ते जख्म सी और इन्हां कोलों चलिया नहीं सी जांदा और स्कूल जाण विच इन्हां नूं काफी प्रॉब्लम हुंदी सी। फिर इन्हां ने प्रभु दी दासा कोलों प्रार्थना कराई और ब्लेस ऑयल लगाया। हुण 2 दिन हो गए ने, इन्हां दा जख्म बिल्कुल ठीक है। इस गवाही लई प्रभु दा धन्नवाद करदे हां। आमीन। अपोस्टल नाम भोलीए, पिंड सुल्तानवेंट। इन्हां दी गवाही है कि एक महीने तो इन्हां नूं टीवी दी प्रॉब्लम सी और इन्हां ने बहुत जगह तो दवाई खाधी पर कोई फर्क नहीं सी पै रहा। और फिर जद चर्च विच आए और जद प्रभु दी दास घोषणा करदे सी कि टीवी दी प्रॉब्लमां जा रहीयां ने और डॉक्टर रिपोर्टां नैगेटिव होण जा रहीयां ने, इस घोषणा नूं रिसीव करदे रहे और हुण एक हफ्ता हो चुका है, बिल्कुल ठीक हन और इन्हां दी रिपोर्टां बिल्कुल नॉर्मल। इस गवाही प्रभु दा धन्नवाद करदे हन। आमीन। सब जिस तो तारीफ करा करो, जोर दी तारीफ करा करो। अपने हाथ ही लो, अपनी जगह ध्यान के। अपोस्टल दा नाम प्रापे, पिंड ताड़गढ़। इन्हां दी गवाही है कि 2.5 साल तो इन्हां नूं टाइफाइड बुखार दी प्रॉब्लम सी और ये बहुत जगह तो देसी और अंग्रेजी दवाई खांदे रहे पर कोई फर्क नहीं सी पैंदा और ये बहुत बीमार रहिंदे सी। और जद इन्हां ने चर्च विच आउणा शुरू कीता और इन्हां ने प्रेयर करनी शुरू कीती और बाइबल वचन सुनदे रहे और जद प्रभु दे दास घोषणा करदे सी कि टाइफाइड प्रॉब्लम जा रहीयां ने, उस घोषणा नूं रिसीव करदे रहे और अज 12 दिन हो गए ने, ये बिल्कुल ठीक हन। इस गवाही प्रभु दा धन्नवाद करदे हां। दिल तो सब तारीफ करो। नेक्स्ट। अपोस्टल नाम पूजा, पिंड वडाली। इन्हां दी गवाही है कि 5 साल तो इन्हां दा पति बाहर किसी लड़की नाल गलत रिलेशनां विच सी और इन्हां नाल बहुत लड़दा सी और इन्हां नूं बहुत कुटदा सी और जिन्ने भी पैसे कमाउंदा सी सारे गलत रिलेशनां विच उड़ा दिंदा सी और ये बहुत परेशान रहिंदे सी और इन्हां दा मन करदा सी कि मैं आत्म हत्या कर लवां। और फिर इन्हां दी सिस्टर ने इन्हां नूं चर्च बारे दस्या और जद चर्च आउंदे सी तां इन्हां दा सौरा परिवार इन्हां नाल लड़दा सी और इन्हां दा पति वी इन्हां नाल चर्च आउण तों झगड़दा सी पर फिर भी इन्हां ने चर्च आउणा नहीं छड्डिया। और जद प्रभु दे दास घोषणा करदे सी कि जो गलत रिलेशनां विच ने उह आजाद होण जा रहे ने, उस घोषणा नूं रिसीव करदे रहे और बाइबल वचन पढ़दे रहे, उन्हां वास्ते फसल लगातार फास्टिंग रखते रहे। हुण इन्हां दा पति गलत रिलेशन तों आजाद है और ये अपने घर विच खुश हन। इस गवाही लई प्रभु दा धन्नवाद करदे हन। आमीन। अपोस्टल जी दा नाम कुलदीप, पिंड सोइयां। इन्हां दी गवाही है कि जद भी इन्हां दे भरा दा रिश्ता हुंदा सी तां पहलां हां करके फिर ना कर दिंदा सी और मैरिज नहीं सी करवाउंदा और जद फिर प्रभु दी दास दी घोषणा करदे सी कि जिन्हां दे रिश्तियां विच प्रॉब्लम है उन्हां नूं छुओ और ये उस ਉਹ ਆਜ਼ਾਦ ਹੋਣ ਜਾ ਰਹੇ ਨੇ, ਇਹ ਉਸ ਘੋਸ਼ਣਾ ਨੂੰ ਰਿਸੀਵ ਕਰਦੇ ਰਹੇ ਔਰ ਆਤਮਾ ਵਿੱਚ ਆਪਣੇ ਭਰਾ ਨੂੰ ਛੂੰਦੇ ਰਹੇ। ਹੁਣ ਇਹਨਾਂ ਦੇ ਭਰਾ ਦਾ ਰਿਸ਼ਤਾ ਹੋ ਚੁੱਕਾ ਹੈ ਔਰ ਉਹ ਮੈਰਿਜ ਵਾਸਤੇ ਤਿਆਰ ਹੈ। ਇਸ ਗਵਾਹੀ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਔਰ ਇਹਨਾਂ ਦੀ ਦੂਸਰੀ ਗਵਾਹੀ ਹੈ ਕਿ ਇਹਨਾਂ ਦੇ ਘਰ ਦੀ ਫੈਮਿਲੀ ਇਹਨਾਂ ਨਾਲ ਗੁੱਸੇ ਸੀ ਔਰ ਜਦ ਪ੍ਰਭੂ ਦੀ ਦਾਸ ਘੋਸ਼ਣਾ ਕਰਦੇ ਸੀ ਕਿ ਜੋ ਤੁਹਾਨੂੰ ਛੱਡ ਕੇ ਜਾ ਚੁੱਕੇ ਤੁਹਾਨੂੰ ਦੁਬਾਰਾ ਮਿਲਣ ਵਾਸਤੇ ਆ ਰਹੇ ਨੇ, ਇਹ ਉਸ ਘੋਸ਼ਣਾ ਨੂੰ ਰਿਸੀਵ ਕਰਦੇ ਰਹੇ। ਹੁਣ ਇਹਨਾਂ ਦਾ ਸਾਰਾ ਪਰਿਵਾਰ ਇਹਨਾਂ ਨਾਲ ਬਿਲਕੁਲ ਵਧੀਆ ਰਹਿ ਰਿਹਾ ਔਰ ਪਿਆਰ ਕਰ ਰਿਹਾ। ਇਸ ਗਵਾਹੀ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਨ। ਆਮੀਨ। ਉਸਦੇ ਨਾਮ ਪ੍ਰਗਟ, ਪਿੰਡ ਨਿੱਕੀ ਨਾਗ। ਇਹਨਾਂ ਦੀ ਗਵਾਹੀ ਹੈ ਕਿ ਆਪਣੀ ਪਹਿਲੀ ਜਗ੍ਹਾ ਵੇਚਣਾ ਚਾਹੁੰਦੇ ਸੀ ਪਰ ਵਿਕ ਨਹੀਂ ਸੀ ਰਹੀ ਔਰ ਇਹਨਾਂ ਨੇ ਪ੍ਰਭੂ ਦੇ ਦਾਸਾਂ ਕੋਲੋਂ ਪ੍ਰਾਰਥਨਾ ਕਰਾਈ ਔਰ ਇਹਨਾਂ ਦੀ ਜਗ੍ਹਾ ਵਿਕ ਗਈ ਹੈ। ਇਸ ਗਵਾਹੀ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਨ। ਔਰ ਇਹਨਾਂ ਦੀ ਦੂਸਰੀ ਗਵਾਹੀ ਹੈ ਕਿ ਜਦ ਇਹ ਪ੍ਰੇਅਰ ਕਰਦੇ ਸੀ ਤਾਂ ਇਹਨਾਂ ਦੇ ਗਲੇ ਵਿੱਚ ਬਹੁਤ ਦਰਦ ਹੁੰਦੀ ਸੀ ਔਰ ਫਿਰ ਇਹਨਾਂ ਨੇ ਵਿਸ਼ਾ ਰੱਖ ਕੇ ਕੰਨ ਵੀ ਜ਼ਬੂਰ ਪੜਿਆ, ਹੁਣ ਇਹਨਾਂ ਦੇ ਗਲੇ ਦੀ ਦਰਦ ਬਿਲਕੁਲ ਠੀਕ ਹੈ। ਇਸ ਗਵਾਹੀ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਨ। ਆਮੀਨ। ਭੈਣ ਭਾਈਆਂ ਨੂੰ ਜੈ ਮਸੀਹ ਦੀ, ਰੱਬ ਦੇ ਦਾਸਾਂ ਨੂੰ ਵੀ ਜੈ ਮਸੀਹ ਦੀ। ਮੇਰੀ ਗਵਾਹੀ ਇਹ ਵਾ ਕਿ ਮੈਨੂੰ 15 ਸਾਲ ਹੋ ਗਏ ਮੇਰੇ ਵਿਆਹ ਨੂੰ, 15 ਸਾਲ ਮੇਰੇ ਵਿਆਹ ਨੂੰ ਹੋ ਗਏ ਆ ਤੇ 14 ਸਾਲ ਹੋ ਗਏ ਮੈਂ ਲੋਹੜੀ ਮੰਜੇ ਤੇ ਵੇਖਣ ਡਈ ਹਾਂ। ਆਰ ਕੀ ਪਹਿਲੀ ਲੋਹੜੀ ਜਿਹੜੀ ਮੈਂ ਤੁਰ ਫਿਰ ਕੇ ਵੇਖਣ ਲੱਗੀ ਆਪਣੇ ਪਰਿਵਾਰ ਵਿੱਚ। ਮੈਂ ਰੱਬ ਦੇ ਦਾਸਾਂ ਦਾ ਤੇ ਆਪਣੇ ਸੰਤਾਂ ਦਾ ਬੜਾ ਧੰਨਵਾਦ ਕਰਦੀ ਹਾਂ, ਪਰਮੇਸ਼ੁਰ ਦਾ ਵੀ ਧੰਨਵਾਦ ਕਰਦੀ ਹਾਂ ਕਿ ਮੈਨੂੰ ਉਹਨਾਂ ਨੇ ਆਹ ਦਿਨ ਅੱਜ ਵਿਖਾਇਆ ਹੈ। ਮੇਰੀ ਗਵਾਹੀ ਇਹੋ ਹੀ ਆ, ਮੈਂ ਬਹੁਤ ਖੁਸ਼ ਹਾਂ ਅੱਜ। ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਇਹ ਭੈਣ ਕਹਿ ਰਹੀ ਕਿ ਜਦੋਂ ਮੈਂ ਮਸੀਹ ਵਿੱਚ ਨਹੀਂ ਸੀ ਮੈਂ ਲੋਹੜੀ ਜਿਹੜੀ ਮੰਜੇ ਤੇ ਵੇਹਣੀ ਨਹੀਂ ਆ ਬਿਮਾਰੀਆਂ ਦੇ ਵਿੱਚ। ਕਿੰਨੇ ਸਾਲ? 15 ਸਾਲ ਹੋ ਗਏ ਮੇਰੇ ਵਿਆਹ ਨੂੰ, ਪੂਰੇ 15 ਸਾਲ। 15 ਸਾਲ ਤੋਂ ਇਹ ਪ੍ਰੋਬਲਮ ਸੀ ਯਾਰ ਕਿ ਪਹਿਲਾ ਸਾਲ ਹੈ ਮੇਰਾ,
एक साल तो मसीह दे विच आए ने जीसस मिनिस्ट्री विच और कह रहे हुण मैं बिल्कुल गिर चुकी हां की हुंदा सी तुहानू सिस्टर की प्रॉब्लम हुंदी सी तुहानू मैनू बड़ियां बीमारियां नी कहनी गया धड़कन वधदी सी ते टाइफाइड बुखार मेरा खैणा नहीं छड़दा एलर्जी हुण मैं जिद्दन कोठ ते चढ़ी आ ना दो दिन हो गए मैनू तीन दिन हो गए मैं कोठ तो डिग के सट लवा ली एक सारा सारी पौड़ी तो उतर आई हां मैं सारी पौड़ी तो उतर आई ते तीजे डंडे तो उतरी आ ते सट लग गई मैनू चक्कर आया ते बूहे ना वज गई मैं परमेश्वर ने पर मेनू हाथ देख रखा वा बांह मामूली जी साढ़े परमेश्वर ने ठीक की पर मैं वा कि मैं तुर फिर के अपने परिवार च वेखन लगी हाँ लोहड़ी वधिया परमेश्वर का भी धन्यवाद कर दी हाँ परमेश्वर रब के दासा का भी धन्यवाद है मैं हर गवाही एदा ही दवा मेरिया बड़िया गवाइया मैं मैंने संतान ने पिछली बारी फरवैसी की मेरिया बहुत गवाइया दे दी नहीं मैं संग लगती है पर मैं हूँ संग तोड़नी पैनी है क्योंकि मैं परमेश्वर ना दिल तो जुड़ना दिल तो जुड़ी हाँ तो दिल तो ही जुड़ूंगी दिल वाले डिगदे आ मेरा कोई दिन नहीं ही जेड़ा दवाई नहीं खांदी मेरा घर वाला मेरे तो बड़ा अक्या ही कहिंदा ही भी महाराज नूं चुक ला अज दे दिन इन्हें रो रो के कढ़ना ही ते यार कि मैं बिलकुल ओके आ परमेश्वर की कृपा वा मेरे ते पूरी कोई जादू फूक नहीं मारी जेडे लोग सच्चाई चर्च नाल जुड़े आ मैं कहा उन्होंने जीवन च वड्डियां गवाइयां जेडे लोग कम्मां नूं वेख के भी सोचते ने कि कुछ नहीं आ मैं कहा भटक चुके ने रस्ते तो सरदूल ने एक भजन गाया सी बरकत जिहड़ी चर्च बदलना मिलदी नहीं आ सिर्फ नेचा करदे नाल ही हुंदी आ किन्ने लोग सहमत ने किन्ने लोग चर्च बदलना कुछ नहीं होना इत्थे ओह काम होणगे जिहड़े तुहानूं हैरान करदे आ और एक मैं आमीन एक सेकंड एक मैं तुहानूं गुड न्यूज़ देण वास्ते जा रहा कि मैं बहुत जल्द एक किताब लिखण वास्ते जा रहा जिदा टाइटल होएगा कि प्रभु बहुते पापा नु की कर लेंदा वा प्यार बहुते पापा नु की कर लेंदा वा किन्ने लोगों ने समझ लगी आ मैं एक बुक्स लिखने वास्ते जा रहा जिदे विच मैं और सिस्टर शमा दोनों आवांगे और जो प्रभु दा आत्मा सानू बाइबल दे द्वारा दसेगा ही बहुत जल्द तुहानू फ्री च बुक्स देवांगे उहदा वी पैसा नहीं कोई लवांगे और बहुत जल्द पोस्टर छपावांगे जिहड़े असी इस साल दे कैलेंडर जीसस मिनिस्ट्री दे तुहानू प्रोड्यूस कीते जाणगे सारिआं नू और जिहड़ी किताब तुसीं असीं लिखण वास्ते जा रहे हां उहदा टाइटल की होएगा कि प्यार जिहड़ा बहुते पापां नू की कर लैंदा वा सारे बोले इक आवाज़ विच कलीसिया दी मैनूं आवाज़ नहीं सुनी कलीसिया मेरी आवाज़ आ रही तुहाडे लागे बाइबल च लिखिआ प्यार जिहड़ा बहुते पापां नू की कर लैंदा वा बस फिर प्यार नूं फलाउणा नफरत नूं ते मैं कहा भी डस्टबिन वेखो ते सुट दो दे विच क्योंकि चर्च दी पड़ौती होणी होणी नूं बदन तो कोई ताकत रोक नहीं सकदी क्योंकि जिथे सच्चाई है ते सच दे वचन आ ओह चर्च बढ़ेगा ते जिथे झूठे मखण लाए जांदे झूठ वचन तो उल्ट चलणे आ ते मैं उहदी गरंटी नहीं दे सकदा ते बाइबल च लिखा अपने आगूआं दी आज्ञा करी करो जिहड़े दिन रात तुहाडीआं जानां दे निमित्त जागदे की आ पूरी कलीसिया बोलो तारीफ करो जिन्हों समझ लगी आ कोई सानू कुछ भी कवे ओह चर्च च कुछ नहीं आ बस उहनूं साइड दे दो जे कोई नहीं वेखणा चाहुंदे जे क्योंकि बाइबल च लिखा झूठिया नबियां तो हुशियार रहो लिखिया कि नहीं लिखिया मैथियो च उहदे लिखा भेडां दे रूप विच भेड़िए आउणगे ते कलीसिया नूं खेरू खेरू की करनगे झूठ के सच बच वचन दे विच बणे रहो किसी नूं नहीं वेखणा किसे दी साइड लैण दी लोड़ नहीं आ आमीन हाँ जी दो शब्द बोलांगे हाँ
ਠੀਕ ਹੈ ਮੈਂ ਇਹ ਦਿਖਾਉਣਾ ਚਾਹੁੰਦਾ ਕਿ ਬ੍ਰਦਰ ਨੇ ਟੈਸਟੀਮਨੀ ਦਿੱਤੀ ਭੈਣ ਨੂੰ ਔਰ ਇਹ 15 ਸਾਲ ਤੋਂ ਸਿਸਟਰ ਬਿਮਾਰ ਸੀ ਔਰ ਜਦੋਂ ਦੀ ਪ੍ਰਭੂ ਦੇ ਘਰ ਵਿੱਚ ਆਈ ਇਹਨੇ ਵਲੰਟੀਅਰ ਦੀ ਡਿਊਟੀ ਕੀਤੀ ਆ ਔਰ ਬਹੁਤ ਸਾਰੇ ਫੋਨ ਵੀ ਰਹੋਗੇ ਇਹਨੂੰ ਗਏ ਖੇਡਣ ਵਾਸਤੇ ਕਿ ਤੂੰ ਛੱਡ ਦੇ ਸਾਡੇ ਕੋਲ ਜਾ ਇਹ ਕਹਿੰਦੀ ਮੈਂ ਸਿਰਫ ਆਪਣੇ ਦਸਾਂ ਦੇ ਨਾਲ ਰਹਿਣਾ ਮੈਨੂੰ ਕਿਤੇ ਵੀ ਜਾਣ ਦੀ ਲੋੜ ਕਿਉਂ ਭੈਣ ਬੋਲਿਆ ਕਿ ਨਹੀਂ ਬੋਲਿਆ ਹਾਂਜੀ ਸੰਤ ਜੀ ਮੈਨੂੰ ਫੋਨ ਆਉਂਦੇ ਰਹੇ ਆ ਵੀ ਮਜੀਠੇ ਚਰਚ ਹੈਗੀ ਉੱਥੇ ਆ ਜਾਓ ਪਰ ਮੈਂ ਨਹੀਂ ਮੈਂ ਫੋਨ ਕਰਨਾ ਬੰਦ ਕਰਦਾ ਚੁੱਕਣਾ ਵੀ ਬੰਦ ਕਰਦਾ ਵਾ ਮੈਂ ਨਹੀਂ ਜਾਊਂਗੀ ਕਿੰਨੇ ਲੋਕਾਂ ਨੇ ਸੁਣਿਆ ਗੁਰੂ ਛੱਡ ਕੇ ਤੇ ਚੇਲਿਆਂ ਦੇ ਨਾਲ ਨਹੀਂ ਰਲਣਾ ਚਾਹੀਦਾ ਗੁਰੂ ਗੁਰੂ ਹੁੰਦਾ ਚੇਲੇ ਚੇਲੇ ਹੁੰਦੇ ਆ ਕਿੰਨੇ ਲੋਕਾਂ ਨੇ ਸੁਣਿਆ ਕਿੰਨੇ ਲੋਕਾਂ ਸੁਣਿਆ ਮੱਖਣ ਵਾਲੀ ਦੁਕਾਨਦਾਰੀ ਜ਼ਿਆਦਾ ਚਿਰ ਨਹੀਂ ਚੱਲਦੀ ਹੁੰਦੀ ਇੱਥੇ ਉਹੀ ਲੋਕ ਖੜੇ ਰਹਿਣੇ ਮੈਂ ਵੇਲੋ ਇਹਨੇ ਸਿਸਟਰ ਨੇ ਇੱਕ ਘੰਟਾ ਮੈਨੂੰ ਫੋਨ ਕੀਤਾ ਮੈਨੂੰ ਮੈਨੂੰ ਫੋਨ ਨਹੀਂ ਕਰਦੀ ਮੈਂ ਮੈਨੂੰ ਫੋਨ ਨਹੀਂ ਕਰਨ ਦੀ ਲੋੜ ਨਾ ਮੈਨੂੰ ਫੋਨ ਕਰਨ ਦੀ ਲੋੜ ਤੇ ਨਾ ਮੈਨੂੰ ਘਰਾਂ 'ਚ ਜਾਣ ਦੀ ਲੋੜ ਹੈ ਜਿੰਨੇ ਟਿਕੇ ਰਹਿਣਾ ਉਹਨੇ ਉੱਦਾਂ ਟਿਕੇ ਰਹਿਣਾ ਭਾਵੇਂ ਉਹਦੇ ਘਰ ਮੈਂ ਨਾ ਵੀ ਜਾਵਾਂ ਤੇ ਜੇ ਮੈਂ ਘਰ ਵੀ ਜਾਵਾਂਗੇ ਜਿੰਨੇ ਭੱਜਣਾ ਉਹਨੇ ਆਪੇ ਭੱਜ ਜਾਣਾ ਵਾ ਤੇ ਲੋੜ ਨਹੀਂ ਜਿਹੜਾ ਜਾਂਦਾ ਉਹਨੂੰ ਕੀ ਕਰਨ ਦੋ ਜਾਣ ਦੋ ਦਰਵਾਜ਼ੇ ਓਪਨ ਲੋਕ ਨਵੇਂ ਆ ਰਹੇ ਤੇ ਪੁਰਾਣੇ ਕੀ ਕਰ ਰਹੇ ਆ ਪਰ ਪੁਰਾਣੇ ਵੀ ਇੱਥੇ ਉਹ ਟਿਕੇ ਜਿਹੜੇ ਕਿੰਨੇ ਕਿੰਨੇ ਸਾਲ ਤੋਂ ਜਦੋਂ ਤੋਂ ਮਿਨਿਸਟਰੀ ਸ਼ੁਰੂ ਹੋਈ ਆ ਅੱਜ ਉਹ ਲੰਬੇ ਸਮੇਂ ਤੋਂ ਟਿਕੇ ਨੇ ਪਰ ਸੁਪਰ ਡੁਪਰ ਕੀ ਆ ਉਹ ਅੱਜ 90 ਬੱਚੇ ਕਿਉਂ ਹੋਏ ਆ ਕਿਉਂਕਿ ਚਰਚ ਵਿੱਚ ਸੱਚਾਈ ਬੋਲੀ ਜਾਂਦੀ ਆ ਤਾਰੀਫ ਕਰੋ ਪ੍ਰਭੂ ਦੀ ਔਰ ਸਾਨੂੰ ਨੱਠਣ ਦੀ ਲੋੜ ਨਹੀਂ ਆ ਤੇ ਜਿਹਨੇ ਚੈੱਕ ਕਰਨਾ ਵੀ ਚੈੱਕ ਕਰਕੇ ਵੇਖਣਾ ਤਾਂ ਚੈੱਕ ਵੀ ਕਰ ਸਕਦਾ ਮੈਨੂੰ ਸੰਤ ਜੀ ਰਾਤ ਦੇ ਬੜਾ ਚਾਹੀ ਕਿ ਮੈਂ ਆਪਣੇ ਸੰਤਾਂ ਨੂੰ ਜਾ ਕੇ ਦੱਸਾਂ ਵੀ ਯਾਰ ਕਿ ਮੈਂ ਤੁਰ ਫਿਰ ਕੇ ਲੋੜੀ ਵੇਖਣੀ ਆ ਹੁਣ ਸਾਰੀਆਂ ਲੋੜੀ ਇਹਦਾ ਆਣ ਕੇ ਤਾਰੀਫ ਕਰੋ ਪ੍ਰਭੂ ਦੀ ਜਿਹੜਾ ਮਸੀਦ ਨਾਲ ਜੁੜਿਆ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸਿਰਫ ਉਹਨੂੰ ਯਕੀਨ ਕਰਨ ਦੀ ਕੀ ਆ ਕਿਤਾ ਬਰਕਤ ਚਰਚ ਬਦਲਿਆ ਕਿਤਾ ਮਿਲਦੀ ਆ ਬਸ ਆਪਣੇ ਗੁਰੂ ਤੇ ਵਿਸ਼ਵਾਸ ਕਰੋ ਆਪਣੇ ਪ੍ਰਭੂ ਤੇ ਯਕੀਨ ਕਰੋ ਜੇ ਭਟਕ ਜਾਓਗੇ ਤੇ ਫਿਰ ਖੁਦਾ ਕੁਛ ਨਹੀਂ ਦੇਵੇਗਾ ਫਿਰ ਭਟਕਦੇ ਰਹੋਗੇ ਪੂਰੀ ਲਾਈਫ ਜੜ ਬੰਨੋ ਆਪਣੀ ਜਿਹਦੀ ਜੜ ਉਹ ਫਲਵੰਤ ਹੋਏਗਾ ਜਿਹਦੀ ਜੜ ਨਹੀਂ ਹੈਗੀ ਉਹ ਫਲਵੰਤ ਨਹੀਂ ਬੜੇ ਲੋਕ ਖੇਡਣ ਆਉਣਗੇ ਇੱਧਰ ਆ ਰਿਹਾ ਉੱਧਰ ਆ ਰਿਹਾ ਪਰ ਟਿਕਣੇ ਕਿਹੜੇ ਆ ਜਿਹਦੇ ਅੰਦਰ ਪ੍ਰਭੂ ਦਾ ਪਵਿੱਤਰ ਵਚਨ ਆ ਵਚਨ ਵਾਲਾ ਬੰਦਾ ਕਦੀ ਨਹੀਂ ਹਿੱਲਦਾ ਹਿੱਲਦੇ ਕਿਹੜੇ ਆ ਜਿਹਨਾਂ ਦੇ ਅੰਦਰ ਬਾਈਬਲ ਹੈ ਹੀ ਤਾਰੀਫ ਕਰਾਂਗੇ ਜ਼ੋਰ ਦੀ ਸਾਰੀ ਜਿਹਨਾਂ ਦੇ ਮੇਲੇ ਹੈਂਡ ਕਰਨ ਦੀ ਇੱਕ ਸਾਈਡ ਲਾਈਨ ਕਰੋ ਪਹਿਲਾਂ ਮੈਂ ਵਚਨ ਬਣਾ ਕੇ ਸਭ